ਅਕਾਲੀ ਦਲ ਜਿਹੜਾ ਹੈਗਾ ਹੁਣ ਉਹ ਇੱਕ ਪਤੀ ਪਤਨੀ ਦੀ ਪਾਰਟੀ ਬਣ ਕੇ ਰਹਿ ਗਿਆ, ਬਿਲਕੁਲ ਖਤਮ ਹੋ ਚੁੱਕਿਆ ਪੰਜਾਬ 'ਚੋਂ। ਪੰਜਾਬ ਦੇ ਲੋਕਾਂ ਨੇ ਬਿਲਕੁਲ ਮੂੰਹ ਨਹੀਂ ਲਾਇਆ, ਸਿਰਫ ਪਤੀ ਪਤਨੀ ਜਿਹੜੇ ਹੈਗੇ ਨੇ ਉਹ ਦੋਨੇ ਵਿਅਕਤੀ ਪੈਸੇ ਦੇ ਜ਼ੋਰ ਨਾਲ, ਸ਼ਰਾਬ ਦੇ ਜ਼ੋਰ ਨਾਲ, ਨਸ਼ਿਆਂ ਦੇ ਜ਼ੋਰ ਨਾਲ ਜਿੱਤੇ ਨੇਗੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਵਿੱਚੋਂ ਅਕਾਲੀ ਦਲ ਬਿਲਕੁਲ ਜ਼ੀਰੋ ਖਤਮ ਹੋਊਗਾ। ਦੇਖੋ ਗੱਲ ਕਮਲ ਸ਼ਰਮਾ ਦੀ ਨਹੀਂ ਹੈਗੀ, ਗੱਲ ਪੂਰੇ ਪੰਜਾਬ ਦੀ BJP ਜਿਹੜੀ ਹੈਗੀ ਆ ਉਹ ਗਰਾਊਂਡ ਲੈਵਲ 'ਤੇ ਆਪਣਾ ਗਰਾਊਂਡ ਤਿਆਰ ਕਰ ਰਹੀ ਹੈ, ਜਾ ਰਹੀ ਆ। ਮੈਨੂੰ ਇਹ ਲੱਗਦਾ ਗਾ ਵੀ 2022 ਦੇ ਵਿੱਚ ਜਿਹੜੀ ਆ BJP ਪੰਜਾਬ ਵਿੱਚ ਇਕੱਲਿਆਂ ਚੋਣ ਲੜੂਗੀ। ਉਹਦੇ ਜਿਹੜੇ ਸੰਕੇਤ ਨੇ ਬਿਲਕੁਲ ਸਪੱਸ਼ਟ ਦਿਖਾਈ ਦੇ ਰਹੇ ਨੇਗੇ। ਜਿਸ ਤਰ੍ਹਾਂ ਹਰਿਆਣਾ ਦੇ ਵਿੱਚ ਇਹ ਲਗਾਤਾਰ ਇਲੈਕਸ਼ਨ ਇਕੱਲੇ ਲੜ ਕੇ ਜਿੱਤੇ ਨੇਗੇ, ਸੋ ਪੰਜਾਬ ਵਿੱਚ ਵੀ ਲੜਨਗੇ। ਪਰ ਪੰਜਾਬ ਦੇ ਲੋਕ ਨੇ ਜਿਹੜੇ ਹਮੇਸ਼ਾ ਹੀ RSS ਦਾ, BJP ਦਾ ਉਹਨਾਂ ਦੇ ਵਿੱਚ ਬਹੁਤ ਜ਼ਬਰਦਸਤ ਗੁੱਸਾ ਗਾ, ਰੋਹ ਆ। ਕਦੇ ਵੀ ਪੰਜਾਬ ਦੀ BJP ਇਕੱਲਿਆਂ ਸਰਕਾਰ ਨਹੀਂ ਬਣਾ ਸਕਦੀ।